ਪੈਲੀ ਵੱਟੇ ਵਾਲਾ ਕੀਤਾ ਨਾ, ਜਿਹੜੀਆਂ ਤੂੰ ਵੱਟਾ ਪਾ ਗਿਆ ਉਹ ਤੂੰ ਸਹੀ ਨਹੀਂ ਕੀਤਾ ਦੀਪਿਆ। ਤੈਨੂੰ ਪਤਾ ਤੇਰੇ ਇਹਨਾਂ ਕੰਮਾਂ ਕਰਕੇ ਪਾਪਾ ਜੀ ਹੁਣੀ ਗੁਜ਼ਰ ਗਏ ਤੇਰੇ। ਨਹੀਂ ਕਾਕਾ, ਹੁਣ ਫਿਰ ਪਛਤਾਉਣ ਦਾ ਕੀ ਫਾਇਦਾ ਨਾ, ਜਦੋਂ ਪਾਪਾ ਜੀ ਹੁਣੀ ਰਹੇ ਨਹੀਂ। ਤੈਨੂੰ ਪਤਾ ਮੈਂ ਕਿੰਨਾ ਮਾਮੇ ਨੂੰ ਮਿਸ ਕਰਦੀ ਹਾਂ। ਤੂੰ ਕਿੱਥੇ ਆ ਹੁਣ? ਤੂੰ ਹੁਣ ਦਿਲ ਨਾ ਛੋਟਾ ਕਰ ਦੀਪੇ, ਦੀਪੇ ਦਿਲ ਨਾ ਛੋਟਾ ਕਰ, ਰੋ ਨਾ ਮੇਰਾ ਪੋ, ਮੇਰਾ ਵੀਰ ਰੋ ਨਾ। ਦੇਖ ਲੋ ਹੁਣ ਤੁਸੀਂ ਗੱਲ ਫੇਰ ਛੇੜ ਦਿੱਤੀ ਹੈਗੀ ਆ, ਤੇ ਪਰੇਸ਼ਾਨੀ ਤੇ ਹੁੰਦੀ ਆ ਨਾ। ਦੀਪੇ ਰੋ ਨਾ ਮੇਰਾ ਵੀਰ, ਇੰਨੇ ਸਾਲਾਂ ਬਾਅਦ ਤੂੰ ਫੋਨ ਕੀਤਾ, ਦੀਪੇ ਨਾ ਰੋ। ਦੀਪੇ ਅੱਛਾ ਪਹਿਲਾਂ ਵੀ ਕੀਤਾ? ਹਾਏ ਅੱਗ ਲੱਗਣੀ, ਨੈਟਵਰਕ ਕਿੱਥੇ ਆਉਂਦੇ ਆ ਦੀਪਿਆ? ਛੋਟੇ ਨੀ ਚੋ ਹੁੰਦੇ ਹੁੰਦੇ, ਸਾਨੂੰ ਕੰਮ ਆ ਗਿਆ ਬਾਈ। ਦੋਸਤੋ ਪਾਕਿਸਤਾਨ ਤੋਂ ਕਿੰਨੀਆਂ ਫਰੋਡ ਕਾਲਾਂ ਆਉਂਦੀਆਂ ਹਨ, ਇਹ ਗੱਲ ਤਾਂ ਅੱਜ ਦੇ ਸਮੇਂ ਦੇ ਵਿੱਚ ਲਗਭਗ ਹਰ ਕੋਈ ਜਾਣਦਾ ਹੀ ਹੈ, ਪਰ ਫਿਰ ਵੀ ਇਹ ਲੋਕ ਕੋਈ ਨਾ ਕੋਈ ਨਵੀਂ ਤਰਤੀਬ ਕੱਢ ਹੀ ਲੈਂਦੇ ਨੇ ਲੋਕਾਂ ਨੂੰ ਠੱਗਣ ਦੇ ਲਈ, ਅਤੇ ਕੁਝ ਨਾ ਕੁਝ ਲੋਕ ਇਹਨਾਂ ਦੀ ਇਸ ਠੱਗੀ ਦੇ ਵਿੱਚ ਵੀ ਫਸ ਜਾਂਦੇ ਨੇ। ਪਰ ਜ਼ਿਆਦਾਤਰ ਲੋਕਾਂ ਨੂੰ ਇਹਨਾਂ ਦੀਆਂ ਸਾਰੀਆਂ ਚਾਲਾਂ ਦਾ ਹੁਣ ਪਤਾ ਹੈ, ਹੁਣ ਤਾਂ ਉਹ ਹਾਲਾਤ ਬਣ ਗਏ ਨੇ ਕਿ ਲੋਕ ਵੀ ਇਹਨਾਂ ਦੀ ਆਈ ਕਾਲ ਦਾ ਪੂਰਾ ਸਵਾਦ ਲੈਂਦੇ ਨੇ। ਇਸੇ ਤਰ੍ਹਾਂ ਹੀ ਜਦੋਂ ਇੱਕ ਠੱਗ ਦੀ ਕਾਲ ਆਈ ਕਿਸੇ ਨੂੰ ਠੱਗੀ ਦੇ ਲਈ, ਤਾਂ ਅੱਗੇ ਉਹ ਕਿਸ ਤਰ੍ਹਾਂ ਉਸ ਦੀ ਹੀ ਸਵਾਦ ਲੈਂਦੇ ਹੋਏ ਵੀਡੀਓ ਬਣਾਈ ਗਈ। ਆਓ ਪੂਰੀ ਵੀਡੀਓ ਵੀ ਦੇਖ ਲਓ ਅਤੇ ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ, ਤੁਹਾਨੂੰ ਕਦੇ ਕਾਲ ਆਈ ਹੈ, ਤਾਂ ਕਮੈਂਟਾਂ ਦੇ ਵਿੱਚ ਯੈਸ ਜ਼ਰੂਰ ਟੈਪ ਕਰਨਾ, ਅਤੇ ਆਪਣਾ ਐਕਸਪੀਰੀਅੰਸ ਜੇਕਰ ਦੱਸਣਾ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਕਰ ਸਕਦੇ ਹੋ। ਹੁਣ ਦੇਖੋ ਇਹ ਪੂਰੀ ਵੀਡੀਓ। ਪੈਲੀ ਵੱਟੇ ਵਾਲਾ ਕੀਤਾ ਨਾ, ਜਿਹੜੀਆਂ ਤੂੰ ਵੱਟਾ ਪਾ ਗਿਆ ਉਹ ਤੂੰ ਸਹੀ ਨਹੀਂ ਕੀਤਾ ਦੀਪਿਆ। ਤੈਨੂੰ ਪਤਾ ਤੇਰੇ ਇਹਨਾਂ ਕੰਮਾਂ ਕਰਕੇ ਪਾਪਾ ਜੀ ਹੁਣੀ ਗੁਜ਼ਰ ਗਏ ਤੇਰੇ। ਨਹੀਂ ਕਾਕਾ, ਹੁਣ ਫਿਰ ਪਛਤਾਉਣ ਦਾ ਕੀ ਫਾਇਦਾ ਨਾ, ਜਦੋਂ ਪਾਪਾ ਜੀ ਹੁਣੀ ਰਹੇ ਨਹੀਂ। ਤੈਨੂੰ ਪਤਾ ਮੈਂ ਕਿੰਨਾ ਮਾਮੇ ਨੂੰ ਮਿਸ ਕਰਦੀ ਹਾਂ। ਤੂੰ ਕਿੱਥੇ ਆ ਹੁਣ? ਤੂੰ ਹੁਣ ਦਿਲ ਨਾ ਛੋਟਾ ਕਰ ਦੀਪੇ, ਦੀਪੇ ਦਿਲ ਨਾ ਛੋਟਾ ਕਰ, ਰੋ ਨਾ ਮੇਰਾ ਪੋ, ਮੇਰਾ ਵੀਰ ਰੋ ਨਾ। ਦੇਖ ਲੋ ਹੁਣ ਤੁਸੀਂ ਗੱਲ ਫੇਰ ਛੇੜ ਦਿੱਤੀ ਹੈਗੀ ਆ, ਤੇ ਪਰੇਸ਼ਾਨੀ ਤੇ ਹੁੰਦੀ ਆ ਨਾ। ਦੀਪੇ ਰੋ ਨਾ ਮੇਰਾ ਵੀਰ, ਇੰਨੇ ਸਾਲਾਂ ਬਾਅਦ ਤੂੰ ਫੋਨ ਕੀਤਾ, ਦੀਪੇ ਨਾ ਰੋ। ਦੀਪੇ ਅੱਛਾ ਪਹਿਲਾਂ ਵੀ ਕੀਤਾ? ਹਾਏ ਅੱਗ ਲੱਗਣੀ, ਨੈਟਵਰਕ ਕਿੱਥੇ ਆਉਂਦੇ ਆ ਦੀਪਿਆ? ਛੋਟੇ ਨੀ ਚੋ ਹੁੰਦੇ ਹੁੰਦੇ, ਸਾਨੂੰ ਕੰਮ ਆ ਗਿਆ ਬਾਈ।